ਜੇ ਅਪੋਸਟਲ ਜੀ ਦੇ ਖਿਲਾਫ਼, ਸਾਡੇ ਸਪਿਰਚੁਅਲ ਫਾਦਰ ਦੇ ਖਿਲਾਫ਼ ਜਿਹੜੀਆਂ ਪਲੈਨਿੰਗਾਂ ਕਰ ਰਹੇ ਹੋ ਤੁਸੀਂ, ਯੋਜਨਾਵਾਂ ਬਣਾਉਂਦੇ ਪਏ ਹੋ, ਇਹ ਤੁਹਾਡੀਆਂ ਸਾਰੀਆਂ ਕਿਉਂ ਸਫਲ ਨਹੀਂ ਹੋ ਰਹੀਆਂ? ਇਸ ਕਰਕੇ ਸਫਲ ਨਹੀਂ ਹੋ ਰਹੀਆਂ ਕਿਉਂਕਿ ਤੁਸੀਂ ਸਰੀਰਕ ਲੋਕ ਹੋ, ਤੁਸੀਂ ਸ਼ੈਤਾਨੀ ਲੋਕ ਹੋ। ਪ੍ਰੋਫੈਟ ਬਜਿੰਦਰ ਦੀ ਮਿਨਿਸਟਰੀ ਦੇ ਜਿੰਨੇ ਵੀ ਚੇਲੇ ਚਪਾਟੇ ਆ, ਜਿੰਨੇ ਪ੍ਰਧਾਨ ਨੇ, ਜਿੰਨੇ ਵੀ ਸਭ ਇੱਧਰੋਂ ਉੱਧਰੋਂ ਆ ਕੇ ਉੱਠ ਕੇ ਕਾਨਫਰੰਸ ਕਰਨੇ ਆ, ਪ੍ਰੈਸ ਕਾਨਫਰੰਸ ਕਰਦੇ ਪਏ ਆ, ਜੋ ਕੁਛ ਮਰਜ਼ੀ ਕਰ ਲਓ, ਇੱਕ ਇੰਚ ਜਿਹੜਾ ਵਾ, ਇੱਕ ਬਾਲ ਜਿਹੜਾ ਵਾ ਨਾ, ਉਹ ਵਿੰਗਾ ਨਹੀਂ ਕਰ ਸਕਦੇ। ਖੁਦਾ ਦੇ ਪਵਿੱਤਰ ਕਲਾਮ ਦੇ ਬਾਰੇ ਤੁਹਾਨੂੰ ਕੁਛ ਪਤਾ ਹੀ ਨਹੀਂ ਹੈਗਾ, ਨਾ ਤੁਹਾਡੇ ਪ੍ਰੋਫਿਟ ਨੂੰ ਪਤਾ ਆ, ਨਾ ਤੁਹਾਨੂੰ ਚੇਲਿਓ ਚਪਾਟਿਓ, ਨਾ ਤੁਹਾਨੂੰ ਕੁਛ ਪਤਾ ਹੈਗਾ ਇਹਦੇ ਬਾਰੇ ਕਿ ਪਰਮੇਸ਼ੁਰ ਦਾ ਵਚਨ ਕੀ ਆ। ਉਸ ਇੱਕ ਮੈਨ ਆਫ ਗੋਡ ਦੇ ਖਿਲਾਫ਼ ਤੁਸੀਂ ਬੋਲ ਰਹੇ ਹੋ, ਸ਼ਰਮ ਆਉਣੀ ਚਾਹੀਦੀ ਆ। ਤੁਹਾਨੂੰ ਕੌਣ ਕਹੇਗਾ ਤੁਸੀਂ ਪ੍ਰੋਫਿਟ ਹੋ? ਤੁਸੀਂ ਤੁਹਾਨੂੰ ਕੌਣ ਕਹੇਗਾ ਕਿ ਤੁਸੀਂ ਇੱਕ ਨਬੀ ਹੋ? ਝੂਠੀਆਂ ਗਵਾਹੀਆਂ ਬਣਾਉਣ ਦੀ ਕੋਸ਼ਿਸ਼ ਕਰਨ ਦਿਓ, ਝੂਠੇ ਮਰੇ ਹੋਏ ਲੋਕਾਂ ਦੇ ਡਾਕੂਮੈਂਟਸ ਇਕੱਠੇ ਕਰਕੇ ਤੁਸੀਂ ਕਿਸ ਬਾਤ ਸਾਬਤ ਕਰੋਗੇ ਇਸ ਚੀਜ਼ ਨਾਲ? ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਾਸਟਰ ਰਿੰਪਲ ਮੱਟੂ ਅਤੇ ਵੱਲੋਂ ਜੈਮ ਸਿੱਧੀ, ਪੰਜਾਬ ਦੇ ਵਿੱਚ ਜੋ ਕੁਛ ਵੀ ਕ੍ਰਿਸਚੈਨਿਟੀ ਦੇ ਹੋ ਰਹੀ ਹੈ, ਇਹ ਮਤਲਬ ਕਿ ਇੱਕ ਦੂਸਰੇ ਦੇ ਖਿਲਾਫ਼ ਅਸੀਂ ਜੋ ਹੋਏ ਪਏ ਹਾਂ, ਮੈਂ ਇਸ ਨੂੰ ਲੈ ਕੇ ਪਹਿਲਾਂ ਆਵਾਜ਼ ਤਾਂ ਨਹੀਂ ਸੀ ਚੁੱਕੀ, ਮੈਂ ਚਾਹੁੰਦਾ ਸੀ ਚੁੱਕਣੀ ਆਵਾਜ਼, ਬਟ ਮੇਰਾ ਅੰਦਰੋਂ ਜ਼ਮੀਰ ਜਿਹੜਾ ਸੀ ਉਹ ਆਵਾਜ਼ ਨਹੀਂ ਸੀ ਦੇ ਰਿਹਾ ਕਿ ਮੈਂ ਇਸ ਦੀ ਆਵਾਜ਼ ਚੁੱਕਾਂ। ਪਰ ਮੈਨੂੰ ਉਸ ਵਕਤ ਇਸ ਗੱਲ ਦਾ ਬਹੁਤ ਜ਼ਿਆਦਾ ਰੰਜ ਹੋਇਆ, ਬਹੁਤ ਜ਼ਿਆਦਾ ਅੰਦਰੋਂ ਮੇਰੀ ਆਤਮਾ ਨੇ, ਮੇਰੇ ਮਤਲਬ ਕਿ ਅੰਦਰੋਂ ਵਿਵੇਕ ਨੇ ਕਿਹਾ ਕਿ ਚੱਲ ਇਸ ਦੇ ਪ੍ਰਤੀ ਤੂੰ ਆਵਾਜ਼ ਚੁੱਕ, ਤਾਂ ਕਿ ਜੋ ਕੁਛ ਵੀ ਇਹ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਚੇਲੇ ਚਪਾਟੇ ਜਿੰਨੇ ਵੀ ਲੋਕ ਜਿਹੜੇ ਆਪਣੇ ਆਪ ਨੂੰ ਕੀ ਕਹਿੰਦੇ ਪ੍ਰਧਾਨ ਜਿਹੜੇ ਖਵਾਉਂਦੇ ਨੇ, ਜਾਂ ਫਿਰ ਉਹ ਆਪਣੇ ਬਣੇ ਆਪੇ ਬਣੇ ਪ੍ਰਧਾਨ ਜਿਹੜੇ ਆ, ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਬਾਈਬਲ ਕੀ ਕਹਿੰਦੀ ਆ, ਬਾਈਬਲ ਕੀ ਸਾਨੂੰ ਸਿਖਾਉਂਦੀ ਆ, ਖੁਦਾ ਸਾਨੂੰ ਕੀ ਸਿਖਾਉਂਦਾ, ਖੁਦਾ ਸਾਨੂੰ ਕੀ ਕਹਿਣਾ ਚਾਹੁੰਦਾ ਵਾ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ, ਉੱਠ ਕੇ ਕਾਨਫਰੰਸ ਕਰਨ ਡੇ ਜਾਂ ਉਹ ਕੀ ਕਰਨ ਡੇ ਜਾਂ ਮਤਲਬ ਕਿ ਪ੍ਰੈਸ ਕਾਨਫਰੰਸ ਕਰਦੇ ਪਏ ਆ ਔਰ ਮਿਨਿਸਟਰੀ ਦੇ ਖਿਲਾਫ਼ ਬੋਲ ਰਹੇ ਆ। ਮੈਂ ਤੁਹਾਨੂੰ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਵਾਂ ਕਿ ਤੁਹਾਡੇ ਅਜੇ ਉਹ ਜਿਹੜੀ ਆ ਸੈਂਸਿਵਿਟੀ ਜਿਹਨੂੰ ਕਹਿੰਦੇ ਆ ਆਪਾਂ, ਦਿਮਾਗ ਜਿਹੜਾ ਵਾ ਨਾ, ਉਹ ਹਜੇ ਬਹੁਤ ਜ਼ਿਆਦਾ ਮਤਲਬ ਕਿ ਉਸ ਲੈਵਲ ਦੇ ਉੱਤੇ ਨਹੀਂ ਹੈਗਾ ਜਿੱਥੋਂ ਤੱਕ ਤੁਸੀਂ ਸੋਚ ਸਕਦੇ ਹੋ। ਉਹ ਤੁਹਾਡਾ ਲੈਵਲ ਹੀ ਨਹੀਂ ਹਜੇ ਤੱਕ ਹੈਗਾ ਕਿ ਤੁਸੀਂ ਜਿਹੜਾ ਸੋਚ ਰਹੇ ਹੋ, ਪਲੈਨਿੰਗਾਂ ਬਣਾ ਰਹੇ ਹੋ, ਯੋਜਨਾ ਬਣਾ ਰਹੇ ਹੋ, ਜਿੱਦਾਂ ਦਾ ਤੁਸੀਂ ਸੋਚ ਰਹੇ ਹੋ ਕਿ ਅਪੋਸਟਲ ਜੀ ਦੇ ਖਿਲਾਫ਼, ਸਾਡੇ ਸਪਿਰਚੁਅਲ ਫਾਦਰ ਦੇ ਖਿਲਾਫ਼ ਜਿਹੜੀਆਂ ਪਲੈਨਿੰਗਾਂ ਕਰ ਰਹੇ ਹੋ, ਤੁਸੀਂ ਯੋਜਨਾਵਾਂ ਬਣਾਉਂਦੇ ਪਏ ਹੋ, ਇਹ ਤੁਹਾਡੀਆਂ ਸਾਰੀਆਂ ਕਿਉਂ ਸਫਲ ਨਹੀਂ ਹੋ ਰਹੀਆਂ? ਇਸ ਕਰਕੇ ਸਫਲ ਨਹੀਂ ਹੋ ਰਹੀਆਂ ਕਿਉਂਕਿ ਤੁਸੀਂ ਸਰੀਰਕ ਲੋਕ ਹੋ, ਤੁਸੀਂ ਸ਼ੈਤਾਨੀ ਲੋਕ ਹੋ, ਤੁਸੀਂ ਅੰਧਕਾਰ ਦੇ ਵਿੱਚ ਫਸੇ ਪਏ ਹੋ। ਤੁਸੀਂ ਕੀ ਕਰਦੇ ਹੋ? ਦੂਸਰਿਆਂ ਨੂੰ ਡਾਊਨ ਕਰਨ ਵਾਸਤੇ ਹਮੇਸ਼ਾ ਪਲੈਨਿੰਗਾਂ ਕਰਦੇ ਹੋ। ਪਰ ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ ਵਾਂ, ਪ੍ਰੋਫਿਟ ਬਜਿੰਦਰ ਦੀ ਮਿਨਿਸਟਰੀ ਦੇ ਜਿੰਨੇ ਵੀ ਚੇਲੇ ਚਪਾਟੇ ਆ, ਜਿੰਨੇ ਪ੍ਰਧਾਨ ਨੇ, ਜਿੰਨੇ ਵੀ ਸਭ ਇੱਧਰੋਂ ਉੱਧਰੋਂ ਆ ਕੇ ਉੱਠ ਕੇ ਕਾਨਫਰੰਸ ਕਰਨੇ ਆ, ਪ੍ਰੈਸ ਕਾਨਫਰੰਸ ਕਰਦੇ ਪਏ ਆ, ਔਰ ਸਾਡੇ ਅਪੋਸਟਲ ਜੀ ਦੇ ਖਿਲਾਫ਼, ਸਾਡੇ ਆਤਮਿਕ ਪਿਤਾ ਦੇ ਖਿਲਾਫ਼ ਜੋ ਬਗਾਵਤ ਕਰਦੇ ਆ, ਜਾਂ ਗੱਲਾਂ ਕਰਦੇ ਆ, ਜਾਂ ਵਿਰੋਧ ਕਰਦੇ ਆ, ਜਾਂ ਕਿਸੇ ਵੀ ਪ੍ਰਕਾਰ ਦੀ ਉਹ ਨਿੰਦਾ ਕਰਦੇ ਆ, ਈਰਖਾ ਕਰਦੇ ਆ, ਤੁਹਾਨੂੰ ਕੋਈ ਵੀ ਇਹਦੇ ਨਾਲ ਮਤਲਬ ਕਿ ਜੋ ਕੁਛ ਮਰਜ਼ੀ ਕਰ ਲਓ, ਇੱਕ ਇੰਚ ਜਿਹੜਾ ਵਾ, ਇੱਕ ਬਾਲ ਜਿਹੜਾ ਵਾ ਨਾ, ਉਹਦਾ ਉਹਨਾਂ ਦਾ ਤੁਸੀਂ ਵੀ ਮਤਲਬ ਕਿ ਵਿੰਗਾ ਨਹੀਂ ਕਰ ਸਕਦੇ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਕੀ ਇੱਕ ਨਮੂਨਾ ਹੈਗੇ ਹੋ ਮਸੀਹ ਦੇ ਵਿੱਚ, ਤੁਸੀਂ ਕੀ ਪਰਮੇਸ਼ਵਰ ਦੇ ਵਿੱਚ ਇੱਕ ਸਹੀ ਐਗਜ਼ੈਂਪਲ ਦੇਣ ਦਿਓ, ਸਹੀ ਮੈਸੇਜ ਦੇਣ ਦਿਓ। ਤੁਹਾਡੇ ਅੰਦਰ ਉਹ ਪਰਮੇਸ਼ਵਰ ਦਾ ਵਚਨ ਹੀ ਨਹੀਂ ਹੈਗਾ, ਪਰਮੇਸ਼ਵਰ ਦਾ ਕਲਾਮ ਹੀ ਨਹੀਂ ਹੈਗਾ, ਜਿਹਦੇ ਕਰਕੇ ਤੁਹਾਨੂੰ ਪਰਮੇਸ਼ਵਰ ਕੁਛ ਸਿਖਾਵੇ ਕਿ ਪਰਮੇਸ਼ਵਰ ਜਿਹੜਾ ਵਾ ਉਹ ਨਮਰ ਲੋਕਾਂ ਨੂੰ, ਹਲੀਮ ਲੋਕਾਂ ਨੂੰ, ਹੰਬਲ ਲੋਕਾਂ ਨੂੰ ਕੀ ਕਰਦਾ ਵਾ, ਪਸੰਦ ਕਰਦਾ ਵਾ। ਪਰ ਤੁਹਾਡੇ ਅੰਦਰ ਜਿਹੜੀ ਇਹ ਹੰਬਲਨੈਸ ਜਿਹੜੀ ਆ ਬਿਲਕੁਲ ਮਰ ਚੁੱਕੀ ਆ, ਖੁਦਾ ਦੇ ਪਵਿੱਤਰ ਕਲਾਮ ਦੇ ਬਾਰੇ ਤੁਹਾਨੂੰ ਕੁਛ ਪਤਾ ਹੀ ਨਹੀਂ ਹੈਗਾ, ਨਾ ਤੁਹਾਡੇ ਪ੍ਰੋਫਿਟ ਨੂੰ ਪਤਾ ਆ, ਨਾ ਤੁਹਾਨੂੰ ਚੇਲਿਓ ਚਪਾਟਿਓ, ਨਾ ਤੁਹਾਨੂੰ ਕੁਛ ਪਤਾ ਹੈਗਾ ਇਹਦੇ ਬਾਰੇ ਕਿ ਪਰਮੇਸ਼ੁਰ ਦਾ ਵਚਨ ਕੀ ਆ।
ਪਰ ਤੁਸੀਂ ਹਰ ਦਿਨ ਪ੍ਰਤੀ ਦਿਨ ਜਿਹੜੀਆਂ ਪਲੈਨਿੰਗਾਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਯੋਜਨਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਇੱਕ ਦਿਨ ਪਰਮੇਸ਼ਵਰ ਦਾ ਕ੍ਰੋਧ ਜਿਹੜਾ ਵਾ ਉਹ ਤੁਹਾਡੇ ਉੱਤੇ ਕੀ ਆ ਆਵੇਗਾ, ਔਰ ਤੁਸੀਂ ਇਸ ਧਰਤੀ 'ਤੇ ਨਾਸ਼ ਆਪਣਾ ਖੁਦ ਆਪਣੀਆਂ ਅੱਖਾਂ ਦੇ ਨਾਲ ਹੁੰਦਾ ਹੋਇਆ ਵੇਖੋਗੇ, ਕਿਉਂਕਿ ਮੇਰੇ ਸਪਿਰਚੁਅਲ ਫਾਦਰ ਜੋ ਹਨ, ਮੇਰੇ ਆਤਮਿਕ ਪਿਤਾ ਜੋ ਹਨ, ਉਹ ਜੈਨੂਅਨ ਵਾ, ਉਹ ਪਰਮੇਸ਼ਵਰ ਨੇ ਚੁਣੇ ਆ, ਕਿਉਂਕਿ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਯੋਹੰਨਾ ਦੀ ਅੰਜੀਲ ਜਦੋਂ ਅਸੀਂ 14:15 ਨੂੰ 16 ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਿ ਤੁਸੀਂ ਨਹੀਂ ਮੈਨੂੰ ਚੁਣਿਆ, ਮੈਂ ਤੁਹਾਨੂੰ ਚੁਣਿਆ ਵਾ, ਮੇਰੇ ਸਪਿਰਚੁਅਲ ਫਾਦਰ ਨੇ ਪਰਮੇਸ਼ਵਰ ਨੂੰ ਨਹੀਂ ਚੁਣਿਆ, ਪਰਮੇਸ਼ਵਰ ਨੇ ਖੁਦ ਉਹਨਾਂ ਨੂੰ ਚੁਣਿਆ ਵਾ, ਤਾਂ ਕਿ ਧਰਤੀ ਦੇ ਉੱਤੇ ਇਸ ਇੰਡੀਆ ਦੇ ਵਿੱਚ, ਫੋਰਨ ਕੰਟਰੀ ਦੇ ਵਿੱਚ, ਯੂਰਪ ਦੇ ਵਿੱਚ, ਬਾਹਰ ਦੇ ਮੁਲਕਾਂ ਦੇ ਵਿੱਚ ਕੀ ਆ ਇੱਕ ਰਿਵਾਈਵਲ ਆ ਸਕੇ। ਔਰ ਤੁਸੀਂ ਕੰਪੈਰੀਜ਼ਨ ਕਰਦੇ ਹੋ ਸਾਡੇ ਆਤਮਿਕ ਪਿਤਾ ਦੇ ਨਾਲ ਆਪਣੇ ਆਪ ਨੂੰ, ਤੁਹਾਡੀ ਇੰਨੀ ਜਿੰਨੀ ਵੀ ਹੈ ਉਹ ਪਹੁੰਚ ਨਹੀਂ ਹੈਗੀ ਕਿ ਉਸ ਲੈਵਲ ਦੇ ਉੱਤੇ ਤੁਸੀਂ ਸੋਚ ਸਕੋ। ਮੇਰੇ ਆਤਮਿਕ ਪਿਤਾ, ਮੇਰੇ ਸਪਿਰਚੁਅਲ ਫਾਦਰ ਅਪੋਸਟਲ ਅੰਕਲ ਜੋਸਫ ਨਰੂਲਾ ਜੀ, ਜਿਨ੍ਹਾਂ ਨੇ ਇੱਕ ਐਡੀ ਤਗੜੀ ਮਿਨਿਸਟਰੀ ਨੂੰ ਖੜ੍ਹਾ ਕੀਤਾ ਵਾ, ਉਸ ਇੱਕ ਮੈਨ ਆਫ ਗੋਡ ਦੇ ਖਿਲਾਫ ਤੁਸੀਂ ਬੋਲ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਕੌਣ ਕਹੇਗਾ ਤੁਸੀਂ ਪ੍ਰੋਫਿਟ ਹੋ, ਤੁਸੀਂ ਤੁਹਾਨੂੰ ਕੌਣ ਕਹੇਗਾ ਕਿ ਤੁਸੀਂ ਇੱਕ ਨਬੀ ਹੋ? ਇੱਕ ਨਬੀ ਦਾ ਕਰੈਕਟਰ ਕੀ ਹੁੰਦਾ, ਇੱਕ ਨਬੀ ਦਾ ਰੋਲ ਕੀ ਹੁੰਦਾ, ਤੁਹਾਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਨਬੀ ਆਖਰਕਾਰ ਕਹਿੰਦੇ ਕਿਹਨੂੰ ਆ, ਪ੍ਰੋਫਿਟ ਕਿਹਨੂੰ ਕਹਿੰਦੇ ਆ। ਨਬੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਂਦਾ ਵਾ, ਉਹ ਪਰਮੇਸ਼ਵਰ ਦੇ ਕੋਲੋਂ ਪੁੱਛ ਕੇ ਲੋਕਾਂ ਦਾ ਬਚਾਓ ਕਰਦਾ ਵਾ, ਉਹ ਪਰਮੇਸ਼ਵਰ ਦੇ ਕੋਲੋਂ ਪੁੱਛ ਕੇ ਖੁਦਾ ਦੇ ਕੋਲ ਗੱਲਬਾਤ ਕਰਕੇ ਲੋਕਾਂ ਦੇ ਲਈ ਪ੍ਰਾਰਥਨਾਵਾਂ ਕਰਦਾ ਵਾ। ਔਰ ਤੁਸੀਂ ਕੀ ਕਰ ਰਹੇ ਹੋ, ਇਹ ਝੂਠੀਆਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰਨ ਦਿਓ, ਝੂਠੀਆਂ ਗਵਾਹੀਆਂ ਬਣਾਉਣ ਦੀ ਕੋਸ਼ਿਸ਼ ਕਰਨ ਦਿਓ, ਝੂਠੇ ਮਰੇ ਹੋਏ ਲੋਕਾਂ ਦੇ ਡਾਕੂਮੈਂਟਸ ਇਕੱਠੇ ਕਰਕੇ, ਤੁਸੀਂ ਕਿਸ ਬਾਤ ਸਾਬਤ ਕਰੋਗੇ ਇਸ ਚੀਜ਼ ਨਾਲ, ਕੀ ਤੁਸੀਂ ਸਾਬਤ ਕਰੋਗੇ? ਲੱਖ ਲਾਨਤ ਹੈ ਤੁਹਾਡੇ ਪ੍ਰੋਫਿਟ ਹੋਣ ਦੇ, ਲੱਖ ਲਾਨਤ ਹੈ ਤੁਹਾਨੂੰ ਨਬੀ ਖਵਾਉਣ ਦੇ। ਕਾਹਦੇ ਤੁਸੀਂ ਨਬੀ ਹੋ? ਤੁਹਾਨੂੰ ਨਬੀ ਖਵਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ, ਕਾਹਦੇ ਤੁਸੀਂ ਨਵੇਂ ਹੋ? ਤੁਸੀਂ ਦੁਨੀਆਂ ਨੂੰ ਗੁੰਮਰਾਹ ਕਰਨ ਰਹੇ ਹੋ, ਤੁਸੀਂ ਦੁਨੀਆਂ ਨੂੰ ਭੜਕਾਰ ਰਹੇ ਹੋ। ਪਹਿਲਾਂ ਤੁਸੀਂ ਗੰਦੀਆਂ ਮੰਦੀਆਂ ਉੱਥੇ ਸਟੇਜਾਂ ਦੇ ਉੱਤੇ ਗੱਲਾਂ ਕਰ ਰਹੇ ਹੋ, ਤੁਸੀਂ ਹੈ ਉਸ ਪੁਲਪਟ ਦੇ ਉੱਤੇ, ਉਸ ਪਰਮੇਸ਼ਵਰ ਦੀ ਵੇਦੀ ਦੇ ਉੱਤੇ ਉਹਨਾਂ ਲੋਕਾਂ ਨੂੰ, ਦੁਸ਼ਟਾਂ ਲੋਕਾਂ ਨੂੰ ਤੁਸੀਂ ਚੜ੍ਹਾ ਕੇ ਐਸੀਆਂ ਐਸੀਆਂ ਬਕਵਾਸੀਆਂ ਗੱਲਾਂ ਕੀਤੀਆਂ, ਜਿਹੜਾ ਲੋਕਾਂ ਦੇ ਵਿੱਚ ਇੱਕ ਕੀ ਮੈਸੇਜ ਦਿੱਤਾ ਤੁਸੀਂ? ਤੁਹਾਡਾ ਫਰਜ਼ ਬਣਦਾ ਸੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਪ੍ਰਚਾਰ ਕਰਨਾ, ਤੁਹਾਡਾ ਫਰਜ਼ ਬਣਦਾ ਸੀ ਯਿਸੂ ਮਸੀਹ ਦੇ ਮਰਨ ਦਾ ਪ੍ਰਚਾਰ ਕਰਨਾ, ਤੁਸੀਂ ਪਰਮੇਸ਼ਵਰ ਦੇ ਰਾਜ ਦਾ ਪ੍ਰਚਾਰ ਕਰਦੇ, ਤੁਸੀਂ ਪਰਮੇਸ਼ਵਰ ਦੇ ਜੀ ਉੱਠਣ ਦਾ ਪ੍ਰਚਾਰ ਕਰਦੇ, ਪਰਮੇਸ਼ਵਰ ਦੇ ਲੋਕਾਂ ਨੂੰ ਕਿੱਦਾਂ ਤੁਸੀਂ ਗੁੰਮਰਾਹ ਕੀਤਾ ਉੱਥੇ। ਤੁਹਾਨੂੰ ਕੋਈ ਹੀਰੋਇਨ ਪਸੰਦ ਆ? ਇਹ ਤੁਸੀਂ ਕਿੱਦਾਂ ਦੇ ਲੋਕ ਹੋ? ਤੁਸੀਂ ਕਿੱਦਾਂ ਦੇ ਪਰਮੇਸ਼ਵਰ ਦੇ ਲੋਕ ਹੋ? ਖੁਦਾ ਦੇ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਕਹਿੰਦਾ, ਤੁਹਾਡੇ ਪਾਪ ਜਿਹੇ ਕਿਰਮਚੀ ਜਿਹੇ ਵੀ ਕਿਉਂ ਲਾਲ ਰੰਗ ਦੇ ਕਿਉਂ ਨਾ ਹੋਣ, ਮੈਂ ਆਪਣੀ ਪਿੱਠ ਪਿੱਛੇ ਸੁੱਟ ਦੇਵਾਂਗਾ ਅਤੇ ਫਿਰ ਉਹਨਾਂ ਨੂੰ ਮੈਂ ਕੀ ਕਰ ਦੇਵਾਂਗਾ, ਭੁੱਲ ਜਾਵਾਂਗਾ, ਅਤੇ ਤੁਸੀਂ ਵੀ ਕੀ ਕਰੋ ਹੁਣ ਭੁੱਲ ਜਾਓ। ਅਤੇ ਤੁਸੀਂ ਯਾਦ ਕਰ ਰਹੇ ਹੋ ਕਿ ਮੈਂ 8ਵੀਂ ਕਲਾਸ ਦੇ ਵਿੱਚ ਸੀ ਅਤੇ ਮੈਂ ਮਹਿਮਾ ਚੌਧਰੀ ਨੂੰ ਬੜਾ ਪਸੰਦ ਕਰਦਾ ਸੀ। ਖੁਦਾ ਕਹਿੰਦਾ, ਤੁਸੀਂ ਵੀ ਭੁੱਲ ਜਾਓ ਅਤੇ ਮੈਂ ਵੀ ਭੁੱਲ ਜਾਵਾਂਗਾ। ਜੇ ਤੁਸੀਂ ਚੁਣੇ ਹੁੰਦੇ ਹੋ, ਜੇ ਤੁਹਾਨੂੰ ਖੁਦਾ ਨੇ ਚੁਣਿਆ ਹੁੰਦਾ ਤੇ ਤੁਹਾਡੇ ਮੂੰਹ ਦੇ ਵਿੱਚੋਂ ਪਰਮੇਸ਼ਵਰ ਦੀ ਮਹਿਮਾ ਨਿਕਲਦੀ, ਖੁਦਾ ਦੀ ਤਾਰੀਫ ਨਿਕਲਦੀ, ਖੁਦਾ ਦਾ ਨਾਮ ਤੁਹਾਡੇ ਮੂੰਹ ਦੇ ਵਿੱਚੋਂ ਮਹਿਮਾ ਸਹਿਤ ਨਿਕਲਦਾ। ਪਰ ਤੁਸੀਂ ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡਾ ਅਜੇ ਤੱਕ ਬਦਲਾਵ ਨਹੀਂ ਹੋਇਆ। ਕਦੀ ਸਾਡੇ ਆਤਮਿਕ ਪਿਤਾ ਦੇ ਮੂੰਹ ਦੇ ਵਿੱਚੋਂ ਸੁਣਿਆ ਜੇ ਕਿ ਉਹਨਾਂ ਨੂੰ ਫਲਾਣਾ ਹੀਰੋ ਪਸੰਦ ਸੀ, ਫਲਾਣੀ ਹੀਰੋ ਨੂੰ ਪਸੰਦ ਸੀ? ਉਹ ਆ ਜਿਹੜੇ ਜਿਹਨੂੰ ਤੁਸੀਂ ਸੈਲੀਬ੍ਰਿਟ ਕਹਿੰਦੇ ਹੋ, ਸੈਲੀਬ੍ਰਿਟੀ ਕਹਿੰਦੇ ਹੋ, ਇਹ ਲੋਕ ਸਾਡੇ ਚਰਚਾਂ ਦੇ ਵਿੱਚ ਆਉਣਾ ਚਾਹੁੰਦੇ ਨੇ, ਇਹ ਲੋਕ ਸਾਡੇ ਕੋਲ ਅਪੋਇੰਟਮੈਂਟਾਂ ਲੈਣਾ ਚਾਹੁੰਦੇ, ਸਾਡੇ ਸਪਿਰਚੁਅਲ ਫਾਦਰ ਕੋਲ, ਆਪਣੀ ਮਿਨਿਸਟਰੀ ਕੋਲ ਅਪੋਇੰਟਮੈਂਟਾਂ ਲੈਣਾ ਚਾਹੁੰਦੇ ਨੇ,
ਸਾਡੇ ਸਪਿਰਚੁਅਲ ਫਾਦਰ ਐਸੇ ਲੋਕਾਂ ਨੂੰ ਘਾਵ ਨਹੀਂ ਪਾਉਂਦੇ, ਐਸੇ ਲੋਕਾਂ ਨੂੰ ਅਸੀਂ ਸਟੇਜਾਂ 'ਤੇ ਚੜ੍ਹਾਉਂਦੇ ਨਹੀਂ ਆ। ਸਾਨੂੰ ਪਤਾ ਆ ਕਿ ਜਿੱਥੇ ਪਰਮੇਸ਼ਵਰ ਦੀ ਵੇਦੀ ਆ, ਜਿੱਥੇ ਪਰਮੇਸ਼ਵਰ ਦਾ ਪਵਿੱਤਰ ਸਥਾਨ ਆ, ਉੱਥੇ ਕੌਣ ਲੋਕ ਹੋਣੇ ਚਾਹੀਦੇ ਨੇ। ਉੱਥੇ ਪਰਮੇਸ਼ਵਰ ਦੇ ਯਾਜਕ ਹੋਣੇ ਚਾਹੀਦੇ ਆ, ਪਰਮੇਸ਼ਵਰ ਦੇ ਨਬੀ ਹੋਣੇ ਚਾਹੀਦੇ ਆ, ਪਰਮੇਸ਼ਵਰ ਦੇ ਰਸੂਲ ਹੋਣੇ ਚਾਹੀਦੇ ਆ, ਪਰਮੇਸ਼ਵਰ ਦਾ ਮੈਸੇਜ ਦੇਣ ਵਾਲੇ ਲੋਕ ਹੋਣੇ ਚਾਹੀਦੇ ਨੇ। ਤਾਂ ਤੁਸੀਂ ਇਗਜ਼ੈਂਪਲ ਦੇਣ ਦਿਓ ਆਪਣਾ, ਹੈ ਪਹਿਲਾਂ ਤੁਸੀਂ ਆਪ ਗਲਤੀਆਂ ਕਰਦੇ ਹੋ, ਹੈ ਪਹਿਲਾਂ ਤੁਸੀਂ ਗਲਤੀਆਂ ਕਰਦੇ ਹੋ, ਉਹਨਾਂ ਲੋਕਾਂ ਨੂੰ ਸਟੇਜਾਂ ਦੇ ਉੱਤੇ ਚੜ੍ਹਾ ਰਹੇ ਹੋ ਜਿਨ੍ਹਾਂ ਦੀ ਜਿਨ੍ਹਾਂ ਨੂੰ ਮਤਲਬ ਕਿ ਉਹ ਯੋਗ ਵੀ ਨਹੀਂ ਹੈਗੇ, ਜਿਹੜੇ ਉਸ ਵੇਦੀ ਦੇ ਉੱਤੇ ਖਲੋਣ ਦੇ ਯੋਗ ਵੀ ਨਹੀਂ ਹੈਗੇ, ਖੜੇ ਹੋਣ ਦੇ ਯੋਗ ਵੀ ਨਹੀਂ ਹੈਗੇ। ਕੀ ਉਹਨਾਂ ਨੇ ਪਛਤਾਪ ਕੀਤਾ? ਕੀ ਉਹਨਾਂ ਨੇ ਰਿਪੈਂਟ ਕੀਤਾ? ਕਿੰਨੇ ਕੁ ਉਹਨਾਂ ਨੇ ਲੋਕਾਂ ਨੇ ਤੋਬਾ ਦੇ ਉਹਨਾਂ ਨੇ ਬੋਲੇ ਸ਼ਬਦ, ਉਹਨਾਂ ਨੂੰ ਬਾਪਤਿਸਮ ਦਿੱਤਾ ਤੁਸੀਂ, ਉਹਨਾਂ ਨੂੰ ਧੌਣਾਂ ਤੋਂ ਫੜ ਕੇ ਤੁਸੀਂ ਪਰਮੇਸ਼ਵਰ ਦਾ ਇਕਰਾਰ ਕਰਵਾਇਆ ਤੁਸੀਂ, ਉਹਨਾਂ ਨੂੰ ਪਾਪ ਦੀ ਪਹਿਚਾਣ ਕਰਵਾਈ ਤੁਸੀਂ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਨਬੀ ਹਾਂ। ਜੇ ਤੁਸੀਂ ਨਬੀ ਹੁੰਦੇ ਤੇ ਤੁਹਾਨੂੰ ਰੋਲ ਤੁਹਾਨੂੰ ਪਤਾ ਹੁੰਦਾ ਕਿ ਨਬੀ ਦਾ ਰੋਲ ਕੀ ਹੁੰਦਾ ਆ। ਜੇ ਤੁਸੀਂ ਪ੍ਰੋਫਿਟ ਹੁੰਦੇ ਤੇ ਤੁਹਾਨੂੰ ਪਤਾ ਹੁੰਦਾ ਕਿ ਇੱਕ ਪ੍ਰੋਫਿਟ ਕੌਣ ਹੁੰਦਾ ਆ। ਪ੍ਰੋਫਿਟ ਦਾ ਮਤਲਬ ਹੈ ਕਿ ਲੋਕਾਂ ਤੱਕ ਪਰਮੇਸ਼ਵਰ ਦੀ ਆਵਾਜ਼ ਨੂੰ ਪਹੁੰਚਾਉਣਾ।